ਐਫਐਮ 95 ਪੰਜਾਬ ਰੰਗ ਦੇ ਸਭ ਸੁਣਨ ਵਾਲਿਆਂ ਦਾ ਇੱਕ ਵਾਰ ਫੇਰ ਬਾਬਾ ਗੁਰੂ ਨਾਨਕ ਦੇਵ ਜੀ ਦੀ ਜਨਮ ਧਰਤੀ ਨਨਕਾਣਾ ਸਾਹਿਬ ਤੇ ਸਵਾਗਤ ਹੈ। 595ਵੇਂ ਜਨਮ ਦਿਨ ਦੀਆਂ ਰੌਣਕਾਂ ਹੁੱਬਾਂ ਮਾਰ ਮਾਰ ਕੇ, ਜੰਪ ਮਾਰ ਮਾਰ ਕੇ, ਛਾਲਾ ਮਾਰ ਮਾਰ ਕੇ ਆਏ ਯਾਤਰੀਆਂ ਦਾ ਸਵਾਗਤ ਕਰ ਰਹੀਆਂ। ਕਿੰਨੇ ਕੁ ਪਿਆਰ ਆ ਆਓ ਤੁਹਾਡੇ ਵਾਸਤੇ ਪੇਸ਼ ਕਰਨੇ। ਸਤਿ ਸ੍ਰੀ ਅਕਾਲ ਮਾਤਾ ਜੀ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਆਉਣਾ ਹੋਇਆ? ਸਾਡਾ ਅੰਮ੍ਰਿਤਸਰ ਜ਼ਿਲ੍ਹੇ ਤੋਂ ਅਸੀਂ ਆਏ। ਆਹਾ, ਲੋਹਰ ਦੇ ਗਵਾਂਢੋਂ ਆਏ ਜੀ? ਹਾਂਜੀ ਹਾਂ। ਲੋਹਰ ਉੱਥੋਂ ਕਿਹੋ ਜਿਹਾ ਦੱਸਦਾ? ਹਾਂਜੀ, ਬਹੁਤ ਵਧੀਆ। ਅਸੀਂ ਨਾਂ ਦੱਸਿਆ ਆਪਣਾ? ਦਲਬੀਰ ਕੌਰ। ਓਹੋ, ਦਲਬੀਰ ਕੌਰ ਜੀ, ਇਹ ਪਹਿਲੀ ਵਾਰ ਆਉਣਾ ਹੋਇਆ? ਪਹਿਲਾਂ ਵੀ ਆਏ? ਹਾਂ, ਪਿਛਲੇ ਸਾਲ ਵੀ ਮੇਰਾ ਵੀਜ਼ਾ ਲੱਗਾ ਸੀ ਤੇ ਮੇਰਾ ਦੋਤਾ ਫੌਜੀ ਇਸ ਤਰ੍ਹਾਂ ਹੋ ਗਿਆ ਸੀ ਤੇ ਮੇਰਾ ਆਉਣਾ ਨਹੀਂ ਸੀ ਹੋਇਆ। ਐਰਕਿਨ ਦੁਬਾਰਾ ਵੀਜ਼ਾ ਲੱਗਾ ਤੇ ਮੈਂ ਪਹਿਲੀ ਵਾਰੀ ਆਈ ਹਾਂ। ਪਹਿਲੀ ਵਾਰ ਆਏ ਜੇ, ਕੀ ਮਹਿਸੂਸ ਕਰ ਰਹੇ ਜੇ? ਬਾਬੇ ਨਾਨਕ ਦੇ ਲਾਡਲੇ ਪ੍ਰਾਹੁਣੇ ਬਣ ਗਏ ਕਿ ਬਾਬੇ ਨੇ ਕਿਹਾ ਆ ਜਾ ਫੇਰ ਦਲਬੀਰ ਕੌਰੇ? ਬਹੁਤ ਮਨ ਦੇ ਵਿੱਚ ਖੁਸ਼ੀਆਂ, ਬਹੁਤ ਚਾਅ। ਸਨ 47 ਤੋਂ ਧਰ ਕੇ ਅਸੀਂ ਛੋਟੇ ਹਾਂ, ਬੱਚੇ ਸਾਂ, ਸਾਨੂੰ ਕਿਸੇ ਗੱਲ ਦਾ ਨਹੀਂ ਪਤਾ। ਸਾਡੇ ਬੱਚੇ ਅੱਜ ਪੁੱਛਦੇ ਨੇ ਤੇ ਅਸੀਂ ਆਪ ਛੋਟੇ ਹਾਂ, ਅਸੀਂ ਬੱਚਿਆਂ ਨੂੰ ਕੀ ਦੱਸੀਏ ਵੀ ਅਸੀਂ ਕੀ ਵੇਖਿਆ ਕੀ ਨਹੀਂ ਵੇਖਿਆ। ਹੁਣ ਮੇਰੇ ਮਨ ਦੇ ਵਿੱਚ ਬਹੁਤ 10 ਸਾਲਾਂ ਤੋਂ, 5-7 ਸਾਲਾਂ ਤੋਂ ਬਹੁਤ ਆਸ ਸੀ, ਬਹੁਤ ਹੀ ਮੈਂ ਖੁਸ਼ੀ ਦੇ ਨਾਲ ਵੀ ਆਉਂਦੀ ਹਾਂ, ਜਾਈਏ ਨਨਕਾਣਾ ਸਾਹਿਬ, ਜਾਈਏ ਨਨਕਾਣਾ ਸਾਹਿਬ। ਮੈਂ ਖੁਦ ਆਪਣੇ ਨਗਰ ਪਿੰਡ ਦੇ ਵਿੱਚੋਂ, ਜਿਉਂ 47 ਤੋਂ ਧਰ ਕੇ ਸਾਡੇ ਨਗਰ ਦੇ ਵਿੱਚੋਂ ਕੋਈ ਨਹੀਂ ਨਨਕਾਣਾ ਸਾਹਿਬ ਆਇਆ ਤੇ ਮੈਂ ਖੁਦ ਜਥਾ ਤਿਆਰ ਕਰਕੇ ਤੇ ਬੀਬੀਆਂ ਨੂੰ ਮੈਂ ਤਿਆਰ ਕੀਤਾ ਤੇ ਰਸਤਾ ਇਹਨਾਂ ਦਾ ਬਣਾਇਆ ਤੇ ਰਸਤਾ ਖੋਲਿਆ। ਮੈਂ ਭਾਵੇਂ ਮਾਰੀ ਜਾਵਾਂ, ਮੈਨੂੰ ਕੋਈ ਦੁੱਖ ਨਹੀਂ। ਮੈਂ ਆਪਣੇ ਬੱਚਿਆਂ ਨੂੰ ਜਾ ਕੇ ਦੱਸੂਗੀ, ਸਮਝਾਵਾਂਗੀ ਵੀ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਜਾਓ ਤੇ ਵੇਖੋ ਕਿੰਨੀਆਂ ਕੁ ਖੁਸ਼ੀਆਂ ਨੇ, ਕਿੰਨੇ ਕੁ ਮਹਾਰਾਜ ਝੋਲੀਆਂ ਭਰੇ ਸੱਚੇ ਪਾਤਸ਼ਾਹ। ਮੈਂ ਇੱਕ ਪੋਤਰੇ ਦੀ ਗੁਰੂ ਦੇ ਘਰੋਂ ਦਾਤ ਮੰਗ ਕੇ ਚੱਲੀ ਆ, ਉਹ ਮੇਰੀ ਬਾਬਾ ਨਾਨਕ ਪੂਰੀ ਕਰੇ। ਵਾਹ 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 ਵਾਹ। ਇਹ ਦੱਸੋ ਮਾਤਾ ਜੀ ਕਿ ਤੁਹਾਡਾ ਮੀਡੀਆ ਤੇ ਕੁਝ ਹੋਰ ਖਬਰਾਂ ਦੇਣ ਡਿਆ ਸੀ, ਮਾਫੀ ਦੇ ਨਾਲ, ਉਹ ਸਾਡੇ ਇਮਰਾਨ ਖਾਨ ਸਾਹਿਬ ਨੇ ਤੇ ਤੁਹਾਡੇ ਲਈ ਫੀਸ ਦੀ ਵੀ ਛੁੱਟ ਦਿੱਤੀ। ਉਹਨੇ ਆਖਿਆ ਪਾਸਪੋਰਟ ਐਕਸਪਾਇਰ ਹੋ ਗਿਆ, ਉਹ ਕੋਈ ਗੱਲ ਨਹੀਂ, ਵੈਲਿਡ ਆਈਡੀ ਲੈ ਕੇ ਆ ਜਾਓ। ਇਹ ਸਾਡੇ ਮੁੱਖ ਮੰਤਰੀ ਜੀ ਨੇ ਜਿਹੜੀਆਂ ਇੰਨੀਆਂ ਖੁੱਲ੍ਹ ਕੇ ਬਾਹਾਂ ਤੁਹਾਡੇ ਬਜ਼ੁਰਗਾਂ ਲਈ ਅੱਡੀਆਂ ਕਿ ਜੀ ਆਇਆਂ ਨੂੰ, ਕੀ ਮਹਿਸੂਸ ਕਰਦੇ ਜੀ? ਬਹੁਤ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਵੀ ਇੰਨੇ ਚਿਰਾਂ ਬਾਅਦ ਸਾਨੂੰ ਵੀ ਰਸਤਾ ਮਿਲਣ ਲੱਗਾ ਵਾ, ਸਾਨੂੰ ਵੀ ਦਰਸ਼ਨ ਹੋਣ ਲੱਗੇ ਆ ਤੇ ਗੁਰੂ ਘਰ ਦੇ। ਅਸੀਂ ਇਸ ਗੱਲ ਦੇ ਵਿੱਚ ਬਹੁਤ ਖੁਸ਼ ਹਾਂ ਤੇ ਹੱਥ ਮੈਂ ਤਾਂ ਜੋੜਦੀ ਹਾਂ ਮੈਂ ਬਾਬੇ ਨਾਨਕ ਦੇ ਨਾਂ ਤੇ। ਕਿਆ ਬਾਤ ਹੈ, ਬੜੀ ਬੜੀ ਮਿਹਰਬਾਨੀ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਕੇ ਬਹੁਤ ਵਧੀਆ ਲੱਗਾ। ਸ਼ੁਕਰੀਆ। ਅੱਛਾ ਜੀ, ਮਾਤਾ ਜੀ ਤੁਹਾਡਾ ਕੀ ਨਾਂ? ਰਵੇਲ ਕੌਰ। ਤੇ ਆਪਣਾ ਆਉਣਾ ਕਿੱਥੋਂ ਹੋਇਆ? ਅੰਮ੍ਰਿਤਸਰ ਦਾ ਜੀ। ਵੈਰੀ ਗੁੱਡ, ਵੈਲਕਮ ਕਹਿੰਦੇ ਆ ਜੀ ਆਇਆਂ ਨੂੰ ਕਹਿੰਦੇ ਆ। ਹਾਂਜੀ ਆਇਆਂ ਨੂੰ। ਕੀ ਅੰਦਰ ਰੀਝਾਂ ਨੇ ਜਿਹੜੀਆਂ ਦੱਸਣਾ ਚਾਹੁੰਦੇ ਜੀ ਆ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ? ਇੰਨਾ ਚਾਅ ਵਾ ਗੁਰੂ ਨਾਨਕ ਦਾ, ਇੰਨਾ ਚਾਅ ਵਾ ਕੋਈ ਗੱਲ ਕਰਨ ਵਾਲੀ ਨਹੀਂ, ਬੜਾ ਚਾਅ ਵਾ। ਕਦੋਂ ਤੋਂ ਰਹੀ ਸੀ ਮੱਥਾ ਟੇਕਣ ਦੀ? ਮੈਂ ਜੀ ਅੱਗੇ ਵੀ ਆਈ ਹਾਂ। ਕਦੋਂ? ਇਸੇ ਸਾਲ ਹੀ, ਪਿਛਲੇ ਸਾਲ। ਅੱਛਾ, ਤੇ ਐਰਕੀ ਫੇਰ ਬਾਬੇ ਨੇ ਆਖਿਆ ਕਿ 550ਵਾਂ ਜਨਮ ਦੇਣਾ ਤੇ ਕੋਰੇ ਆ ਇਧਰ, ਕੀ ਮਹਿਸੂਸ ਕਰ ਰਹੇ ਜੀ? ਇਹ ਪੁੱਤ ਟੱਬਰ ਸਾਰਾ ਮੈਨੂੰ ਆਪ ਕਹਿੰਦਾ ਬੀਬੀ ਜਾ ਤੂੰ ਜ਼ਰੂਰ ਜਾ ਗੁਰੂ ਦੇ ਘਰ। ਤੇ ਹੁਣ ਅੰਦਰ ਜਿਹੜੀਆਂ ਆ ਰੀਝਾਂ ਨੇ ਕੁਛ ਉਸ ਬਾਰੇ, ਉਸ ਖੁਸ਼ੀ ਬਾਰੇ, ਉਸ ਚਾਹ ਬਾਰੇ ਵੀ ਤਾਂ ਦੱਸੋ। ਖੁਸ਼ੀ ਦਾ ਤਾਂ ਕੋਈ ਲੇਖਾ ਹੀ ਕੋਈ ਨਹੀਂ ਦੇ, ਖੁਸ਼ੀ ਦਾ ਤਾਂ ਕੋਈ ਲੇਖਾ ਨਹੀਂ। ਮੈਂ ਤਾਂ ਰੋਣ ਨਿਕਲ ਜਾਂਦਾ ਅੰਦਰ ਜਾਵਾਂ। ਹਾਏ ਹਾਏ ਹਾਏ, ਖੁਸ਼ੀ ਦਾ ਨਾਲ। ਵਾਹ, ਲੋ ਜੀ ਝੋਲੀਆਂ ਭਰ ਭਰ ਕੇ ਇੱਥੋਂ ਮੁਹੱਬਤਾਂ, ਇੱਥੋਂ ਪਿਆਰ ਆ ਜਿਹੜਾ ਇਕੱਠਾ ਕਰੋ, ਲੈ ਕੇ ਜਾਓ ਢੇਰ ਸਾਰੀਆਂ ਯਾਦਾਂ ਜਿਹੜੀਆਂ ਤੁਹਾਨੂੰ ਨਨਕਾਣਾ ਸਾਹਿਬ ਔਰ ਪਾਕ ਬੜਾ ਮਿਲਦਾ ਹਨ। ਉਸ ਬਾਰੇ ਦੱਸੋ ਹਾਂ, ਜਦੋਂ ਅੰਦਰ ਬਾਹਰ ਆਉਂਦੇ ਜਾਂਦੇ ਜੀ ਲੁਕਾਈ ਕਿੱਦਾਂ ਮਿਲਦੀ? ਨਹੀਂ, ਬੜੀ ਵਧੀਆ ਪੁੱਤ, ਬੜੀ ਵਧੀਆ। ਕੋਈ ਚੀਜ਼ ਲੈਣ ਜਾਂਦੇ ਇੰਨਾ ਪ੍ਰੇਮ ਨਾਲ ਕੁੰਦੇ ਆ, ਤੁਸੀਂ ਭੈਣ ਭਰਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ। ਵਾਹ ਵਾਹ ਵਾਹ, ਸਲਾਮਤ ਰਹੋ ਮਾਂ ਜੀ, ਬੜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ। ਤੁਸੀਂ ਉਹਨਾਂ ਆ ਜਾਓ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਆਪਣਾ? ਬਲਬੀਰ ਕੌਰ। ਕਿੱਥੋਂ ਆਉਣਾ ਹੋਇਆ? ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਕਾਜ਼ੀਕੋਟ ਆਏ ਹਾਂ। ਓ ਵੈਰੀ ਗੁੱਡ, ਕਾਜ਼ੀਕੋਟ ਵਾਲਿਓ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ। ਆਂਢ ਗੁਆਂਢ ਤਾਂ ਕਹਿੰਦੇ ਹੋਣਗੇ ਗਈਆਂ ਨੇ, ਹੁਣ ਉੱਥੋਂ ਡਰਾਈ ਫਰੂਟ ਵੀ ਆਊਗਾ, ਜਿਹੜੀ ਢਾਈ ਘੋੜਾ ਬੋਸਕੀ ਉਹ ਵੀ ਆਏਗੀ, ਤਾਂ ਤੁਸੀਂ ਕੀ ਸੋਚਿਆ? ਅਸੀਂ ਸਭ ਕੁਛ ਲਿਆਉਣਾ ਵਾ ਤੇ ਸਭ ਕੁਛ ਲਿਆ ਵਾ, ਕਲੀੜਾ ਲੱਤਾ ਕੱਪੜਾ ਸਭ, ਬੂਟ ਜੋ ਇਹਦੇ ਸਭ ਮਿਲਦੇ, ਸਭ ਕੁਛ ਲਿਆ। ਇੱਥੋਂ ਪਤਾ ਲੱਗਦਾ ਸ਼ੋਪਿੰਗ ਜਿਹੜੀ ਬੇਫਿਕਰੀ ਦੇ ਨਾਲ ਤੁਸੀਂ ਕੀਤੀ ਹੈ, ਇਹਦਾ ਮਤਲਬ ਕਿ ਤਿਆਰੀ ਕਰਕੇ ਆਏ ਸੀ, ਤੁਹਾਨੂੰ ਇੱਧਰ ਦੀ ਫਿਕਰ ਫੁਕਰ ਉਹ ਕੋਈ ਨਹੀਂ ਸੀ ਜੋ ਤੁਹਾਡਾ ਮੀਡੀਆ ਦੱਸ ਰਿਹਾ ਹੈ? ਨਹੀਂ ਨਹੀਂ, ਸਾਨੂੰ ਕੋਈ ਫਿਕਰ ਨਹੀਂ, ਤੇ ਬਸ ਸਭ ਕੁਛ ਖਰੀਦਣਾ ਬੱਚੇ ਦੇ, ਮੈਂ ਗੁਰੂ ਨਾਨਕ ਦੇਵ ਦਰਸ਼ਨ ਕਰਨ ਆਇਆ, ਪਹਿਲੀ ਵਾਰ ਹੀ ਆਏ ਆ। ਹਾਂ, ਬਹੁਤ ਖੁਸ਼ੀ ਦੀ ਗੱਲ ਹੈ। ਹੁਣ ਜਦੋਂ ਪਹਿਲੀ ਵਾਰ ਹੋ ਗਏ ਇੱਥੋਂ ਵਾਪਸ ਮੁੜਨਾ ਜੇ, ਤੇ ਉੱਥੇ ਜਾ ਕੇ ਕੀ ਦੱਸੋਗੇ ਪਾਕਿਸਤਾਨ ਕਿਹੋ ਜਿਹਾ ਹੈ? ਅਸੀਂ ਦੱਸਾਂਗੇ, ਬਹੁਤ ਖੁਸ਼ੀ, ਅਸੀਂ ਸਭ ਕੁਛ ਚੰਗਾ ਹੀ ਦੱਸਾਂਗੇ, ਬਹੁਤ ਸਾਨੂੰ ਪਿਆਰ ਦਿੱਤਾ, ਤੁਹਾਂ ਬਹੁਤ ਪਿਆਰ ਦਿੱਤਾ ਸਾਨੂੰ, ਬਹੁਤ ਖੁਸ਼ੀ ਦੀ ਗੱਲ ਹੋਈ ਹੈ। ਕਦੇ ਇੰਨਾ ਮਜ਼ਾ ਆਇਆ, ਕਦੇ ਬਹੁਤ ਜ਼ਿਆਦਾ ਆਇਆ, ਕਿਤੇ ਜਾ ਕੇ ਬੱਚਿਆਂ ਨੇ ਕਿ ਤੁਸੀਂ ਵੀ ਆਓ ਕਦੇ। ਲਓ ਜੀ, ਲਓ ਫਿਰ ਇਸ ਧਰਤੀ ਦਾ ਇੱਕ ਗੱਜ ਵੱਜ ਕੇ ਨਾਰਾ, ਵਾਹਿਗੁਰੂ ਜੀ ਕਾ ਖਾਲਸਾ, ਹੈ ਬੋਲੇ ਸੋਨਾ, ਬੋਲੇ ਸੋਨਾ, ਸਤਿ ਸ੍ਰੀ ਅਕਾਲ।
बड़ी मेहरबानी जी। ए निगा जिहा प्यार ए मैं नहीं कह रहा, ए तुसी आप सुन रहे जे, ए मैं नहीं दस रहा, ए साडे कैमरे दी अख तुहानू साडे सोशल मीडिया चैनल से दस रही है। पाकिस्तान ने प्यार दीआं जिहड़ीआं बाहां खोलीआं उहदा सबूत इहनां यात्रियों की शक्ल च तुहाडे सामने मौजूद है। मैं ननकाणा साहब तों इस खास कवरेज दे नाल तुहाडा मेज़बान मसूद मल्ली, FM 95 पंजाब रंग दे सुणन वालेआं लई रंग जिंदगी दे नाल रहणगे। एक घंटे बाद फिर मिलने हैं।